ਕਿੰਨੇ ਕੁ ਹੁਣ ਪਬਲਿਕ ਆ ਰਹੀ ਆ ਜੀ ਜਦੋਂ ਦਾ ਪਬਲਿਕ ਰੋਜ਼ ਆਏ ਰਹੇ 50-60 ਰੋਜ਼ ਹੀ ਆ ਰਹੇ ਸਮਥਿੰਗ ਸੋ ਹੀ ਲਾ ਲਓ ਕੰਮ ਹੁੰਦਾ ਇੰਟਰਨੈਟ ਰਾਹੀਂ ਤਾਂ ਕੋਈ ਕੰਮ ਹੈ ਨਹੀਂ ਤੁਹਾਨੂੰ ਪਤਾ ਹੀ ਆਲ ਓਵਰ ਤਾਂ ਕਿੰਨੇ ਦਿਨ ਹੋ ਗਏ ਬੰਦ ਚੱਲਦੇ ਨੂੰ ਤੁਹਾਨੂੰ ਪਤਾ ਸੈਂਟਰ ਦੇ ਆਰਡਰ ਇਹਦਾ 14 ਦੇ ਚੱਲੇ ਰਿਹਾ 25-24 ਤੱਕ ਹੈ ਤਾਂ ਜਦੇ ਕੰਮ ਰੁਕਿਆ ਹੋਇਆ ਜੀ ਹਾਂਜੀ ਬਿਲਕੁਲ ਕੰਮ ਜੋ ਹੋ ਰਹੇ ਨਹੀਂ ਨਹੀਂ ਬਿਲਕੁਲ ਕੋਈ ਕੰਮ ਹਾਂਜੀ ਕਿੰਨੀ ਕੁ ਪ੍ਰੋਬਲਮ ਫੇਸ ਹੋ ਰਹੀ ਹੈ ਸਰ ਕਾਫੀ ਪ੍ਰੋਬਲਮ ਫੇਸ ਕਰ ਰਹੇ ਨੇ ਲੋਕ ਆ ਕੇ ਮਤਲਬ ਚਲੇ ਜਾ ਰਹੇ ਨੇ 3-4 ਦਿਨਾਂ ਤੋਂ ਤੇ ਵੈਸੇ ਸਾਡਾ ਹੁਣ ਅੱਜ ਚੱਲ ਰਿਹਾ ਥੋੜਾ ਥੋੜਾ ਵਿੱਚ ਨੂੰ ਬੰਦ ਹੋ ਜਾਂਦਾ ਵਿੱਚ ਨੂੰ ਚੱਲ ਜਾਂਦਾ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਹ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ ਹੈ ਕਿਉਂਕਿ 14 ਤਰੀਕ ਤੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਨੈੱਟ ਜਿਹੜਾ ਬੰਦ ਹੈ ਸਾਨੂੰ ਅਕਸਰ ਹੀ ਸੁਵਿਧਾ ਕੇਂਦਰ ਦੇ ਵਿੱਚ ਕੰਮਾਂ ਦੇ ਲਈ ਆਉਣਾ ਪੈਂਦਾ ਹੈ ਅੱਜ ਵੀ ਮੈਂ ਆਪਣੇ ਕੋਈ ਜ਼ਰੂਰੀ ਕਾਗਜ਼ਾਤ ਲੈ ਕੇ ਕਿਸੇ ਕਲਾਇੰਟ ਦੇ ਸੁਵਿਧਾ ਕੇਂਦਰ ਵਿੱਚ ਆਇਆ ਸੀ ਅਤੇ ਅੱਜ ਇੱਥੇ ਨੈੱਟ ਨਾ ਚੱਲਣ ਹੋਣ ਕਾਰਨ ਸਾਨੂੰ ਵਾਪਸ ਮੁੜਨਾ ਜਾ ਰਿਹਾ ਜਿਸ ਦੇ ਨਾਲ ਸਾਡੇ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਬੜਾ ਕਸ਼ਟ ਸਹਿਣਾ ਪੈ ਰਿਹਾ ਕਿ ਉਹ ਲੋਕ ਆਉਂਦੇ ਨੇ ਆ ਕੇ ਵਾਪਸ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਸੋ ਮੇਰੀ ਬੇਨਤੀ ਹੈ ਸਰਕਾਰ ਨੂੰ ਛੇਤੀ ਤੋਂ ਛੇਤੀ ਜਿਹੜਾ ਨੈੱਟ ਹੈ ਬਹਾਲ ਕੀਤਾ ਜਾਏ ਇਸ ਦੇ ਨਾਲ ਹੀ ਸਿੱਧੇ ਜਿੰਨੇ ਵੀ ਇੱਥੇ ਸਟੂਡੈਂਟਸ ਨੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਕਿੱਲਤ ਆ ਰਹੀ ਹੈ ਕਿਉਂਕਿ ਅੱਜ ਕੱਲ੍ਹ ਨੈੱਟ ਦਾ ਜ਼ਮਾਨਾ ਹੈ ਨੈੱਟ ਤੋਂ ਬਿਨਾਂ ਹੀ ਕੋਈ ਵੀ ਬੱਚਾ ਪੜ੍ਹ ਨਹੀਂ ਰਿਹਾ ਕਿਉਂਕਿ ਬੱਚਿਆਂ ਨੂੰ ਵੀ ਬਹੁਤ ਵੱਡੀ ਪ੍ਰੋਬਲਮ ਹੈ ਮੇਰੀ ਬੇਨਤੀ ਹੈ ਸਰਕਾਰ ਨੂੰ ਛੇਤੀ ਛੇਤੀ ਨੈੱਟ ਬਹਾਲ ਕੀਤਾ ਜਾਏ ਮੈਂ ਇੱਥੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ ਜਿਹੜੀ ਬੇਨਤੀ ਕਰ ਰਿਹਾ ਹੈ ਕਿ 14 ਤਰੀਕ ਤੋਂ ਜਿਹੜਾ ਇੰਟਰਨੈੱਟ ਹੈ ਇਹ ਬੁਰੇ ਤਰੀਕੇ ਦੇ ਨਾਲ ਬੰਦ ਕੀਤਾ ਗਿਆ ਜਿਹਦੇ ਵਿੱਚ ਮੈਂ ਇਹ ਸਮਝਦਾ ਹੈਗਾ ਕਿ ਕਚਹਿਰੀ ਦਾ ਸਾਰਾ ਕੰਮ ਰੁਕਿਆ ਵਾ ਸਾਰਾ DC ਆਫਿਸ ਦਾ ਕੰਮ ਰੁਕਿਆ ਵਾ ਸਾਰਾ SDM ਆਫਿਸ ਦਾ ਕੰਮ ਰੁਕਿਆ ਵਾ ਸਾਰਾ ਤਹਿਸੀਲਾਂ ਦਾ ਕੰਮ ਰੁਕਿਆ ਵਾ ਸਾਰਾ ਸੁਵਿਧਾ ਕੇਂਦਰਾਵਾਂ ਦਾ ਜਿਹੜਾ ਹੈਗਾ ਕੰਮ ਰੁਕਿਆ ਵਾ ਤੁਹਾਨੂੰ ਇੱਥੇ ਤੱਕ ਮੈਂ ਦੱਸਦਾ ਕਿ ਨਵੀਆਂ ਨਕਲਾਂ ਤੱਕ ਅਪਲਾਈ ਨਹੀਂ ਹੋ ਰਹੀਆਂ ਕਿਉਂਕਿ ਨੈੱਟ ਨਹੀਂ ਚੱਲ ਰਹੇ ਲੋਕਾਂ ਦੀਆਂ PCCਾਂ ਦੇ ਢੇਰ ਲੱਗੇ ਪਏ ਹੈਗੇ ਆ ਇਸ ਕਰਕੇ ਜਿਹੜੀ ਹੈਗੀ ਆ ਪਾਸਪੋਰਟ ਆਫਿਸ ਨੂੰ ਨਹੀਂ ਜਾ ਰਹੀਆਂ ਕਿਉਂਕਿ ਜਿਹੜਾ ਹੈਗਾ ਨੈੱਟ ਬੰਦ ਹੈਗੇ ਆ ਔਰ ਇਸ ਤੋਂ ਇਲਾਵਾ ਜਿਹਨਾਂ ਲੋਕਾਂ ਨੇ ਪਾਸਪੋਰਟ ਬਣਾਉਣਾ ਕਿਸੇ ਦੀ ਐਮਰਜੈਂਸੀ ਹੈਗੀ ਹੈ ਤਤਕਾਲ ਹੈਗਾ ਉਹ ਲੋਕ ਬੈਠੇ ਜਿਹੜਾ ਹੈਗਾ ਇਹਨਾਂ ਦੇ ਮੂੰਹਾਂ ਵੱਲ ਤੱਕ ਰਹੇ ਮੇਰਾ ਕਹਿਣ ਦਾ ਭਾਵ ਇੰਨਾ ਹੀ ਹੈਗਾ ਕਿ ਜੇ ਕਿਸਾਨਾਂ ਨੇ ਧਰਨਾ ਲਾਇਆ ਵਾ ਸ਼ੰਭੂ ਬੈਰੀਅਰ ਦੇ ਉੱਤੇ ਲਾਇਆ ਗਿਆ ਫਤਿਹਗੜ੍ਹ ਸਾਹਿਬ ਦਾ ਇਸ ਦੇ ਨਾਲ ਕੀ ਤਲਕ ਹੈ ਜਿਹੜਾ 5 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਇੰਟਰਨੈੱਟ ਨੂੰ ਬੰਦ ਕੀਤਾ ਜਿਹਦੇ ਨਾਲ ਜ਼ਰੂਰੀ ਸੇਵਾਵਾਂ ਜਿਹੜੀਆਂ ਹੈਗੀਆਂ ਇਫੈਕਟ ਹੋ ਰਹੀਆਂ ਜਿਹਦੇ ਨਾਲ ਜਿਹੜਾ ਹੈਗਾ ਬੱਚਿਆਂ ਦੀ ਪੜ੍ਹਾਈ ਨੂੰ ਬਹੁਤ ਵੱਡਾ ਫਰਕ ਪੈ ਰਿਹਾ ਹੈਗਾ ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਧਿਆਨ ਵਿੱਚ ਰੱਖਣ ਵਾਸਤੇ ਮੈਂ ਇਹ ਸਮਝਦਾ ਹੈਗਾ ਕਿ ਇਹ ਅਣ ਅਲਾਣੀ ਐਮਰਜੈਂਸੀ ਜਿਹੜੀ ਹੈਗੀ ਆ ਸੈਂਟਰ ਦੀ ਸਰਕਾਰ ਵੱਲੋਂ ਜਿਹੜੀ ਹੈਗੀ ਆ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਥੋਪੀ ਗਈ ਆ